ਸੱਤਿ ਸ਼ਿਰਿਆ ਕਲ ਫਰੈਂਡਸ ਕਹਾਣੀ ਮੋਤੀਆਂ ਦੀ ਖੇਤੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਇੱਕ ਵਾਰੀ ਵਜ਼ੀਰਾ ਅਮੀਰਾ ਨੇ ਅਕਬਰ ਦੇ ਖੂਬ ਕੰਨ ਪਰੇ ਕਿ ਹਜ਼ੂਰ ਪੀਰ ਬਲ ਸ਼ਾਹੀ ਖਜ਼ਾਨੇ ਤੇ ਹੱਥ ਸਾਫ਼ ਕਰਦਾ ਹੈ ਤੇ ਕਈ ਸ਼ਾਹੀ ਤੋਹਫੇ ਮਹਾਲੇ ਚੋਂ ਚੋਰੀ ਕਰ ਲੈ ਜਾਂਦਾ ਹੈ ਬਾਦਸ਼ਾਹ ਨੇ ਕਿਹਾ ਕਿ ਸਬੂਤ ਪੇਸ਼ ਕਰੋ ਦੂਤਿਆਂ ਨੇ ਬੀਰਬਲ ਦੇ ਨੌਕਰ ਮੁਰਖੰਦਰ ਬਾਦਸ਼ਾਹ ਰਹੀਂ ਸ਼ਾਹੀ ਖਜ਼ਾਨੇ ਚੋਂ ਦੋ ਕੀਮਤੀ ਲਾਲ ਪੰਜ ਕਸ਼ਮੀਰੀ ਦਸਾਲੇ ਤੇ ਬਹੁਤ ਸਾਰੇ ਕੀਮਤੀ ਹੀਰੇ ਮੋਤੀ ਇੱਕ ਸੰਜੂਗ ਵਿੱਚ ਬੰਦ ਕਰਕੇ ਬੀਰਬਲ ਦੇ ਸੌਣ ਵਾਲੇ ਕਮਰੇ ਵਿੱਚ ਰਖਾ ਦਿੱਤੇ। ਬਾਦਸ਼ਾਹ ਨੂੰ ਖਬਰ ਦਿੱਤੀ ਕਿ ਹਜ਼ੂਰ ਅੱਜ ਰਾਤ ਨੂੰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦੀ ਚੋਰੀ ਹੋ ਗਈ ਹੈ। ਤਿੱਖਵਾਜਾ ਸਰਾਂ ਨੇ ਬੀਰਬਲ ਨੂੰ ਇੱਕ ਸੰਦੂਕ ਲਿਜਾਂਦੇ ਦੇਖਿਆ ਹੈ। ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਹਨ। ਸੋ ਅਕਬਰ ਨੇ ਬੀਰਬਲ ਨੂੰ ਫੜਨ ਲਈ ਸਪਾਹੀ ਭੇਜ ਦਿੱਤੇ। ਸ਼ਿਪਾਹੀ ਸੰਦੂਖ ਸਰੇ ਬੀਰਬਲ ਨੂੰ ਹਾਜ਼ਰ ਕਰ ਦਿੱਤਾ। ਬੀਰਬਲ ਹੈਰਾਨ ਪਰੇਸ਼ਾਨ ਸਿਰ ਚੁਕਾਈ ਖੜੋਤਾ ਰਿਹਾ ਕਿਉਂਕਿ ਉਸ ਵਿਰੁੱਧ ਸਬੂਤ ਇਤਨਾ ਪੱਕਾ ਸੀ ਕਿ ਉਹ ਉਸ ਦਾ ਖੰਡਨ ਨਹੀਂ ਸੀ ਕਰ ਸਕਦਾ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬੀਰਬਲ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਸ਼ਿਪਾਹੀ ਹੁਕਮ ਦੀ ਪਾਲਣਾ ਕਰਨ ਵਾਲੇ ਸਨ ਕਿ ਬੀਰਬਲ ਦੀ ਪਤਨੀ દોੜਦੀ-ਦੋੜਦੀ ਆਈ। ਉਹ ਰੋ ਰੋ ਕੇ ਕਹਿਣ ਲੱਗੀ ਹਜ਼ੂਰ ਮੇਰੇ ਪਤੀ ਦੀ ਜਾਨ ਬਖਸ਼ੀ ਕੀਤੀ ਜਾਵੇ। ਜੇ ਬੀਰਬਲ ਨੂੰ ਮਾਰ ਦਿੱਤਾ ਗਿਆ ਤਾਂ ਦੁਨੀਆ ਤੋਂ ਹੀਰੇ ਮੋਤੀਆਂ ਦੀ ਪਾਲਕ ਮਿੱਟ ਜਾਵੇਗਾ। ਕੀ ਮਤਲਬ ਬਾਦਸ਼ਾਹ ਨੇ ਪੁੱਛਿਆ। ਹਜ਼ੂਰ ਮੇਰੇ ਪਤੀ ਪਾਸ ਇੱਕ ਅਜਾ ਮਸਾਲਾ ਹੈ ਜਿਸ ਨਾਲ ਇਹ ਹੀਰੇ ਮੋਤੀਆਂ ਦੀ ਫਸਲ ਉਗਾ ਸਕਦਾ ਹੈ। ਨਾ ਇਤਬਾਰ ਹੋਵੇ ਤਾਂ ਪਰਤਾ ਵੇਖੋ। ਅਕਬਰ ਨੇ ਬੀਰਬਲ ਤੋਂ ਪੁੱਛਿਆ। ਕਿਉਂ ਬਈ ਇਹ ਗੱਲ ਠੀਕ ਹੈ? ਬਿਲਕੁਲ ਸੱਚ ਹਜ਼ੂਰ। ਬੀਰਬਲ ਨੇ ਉੱਤਰ ਦਿੱਤਾ। ਪਰ ਇਸ ਕੰਮ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਹੀਰੇ ਮੋਤੀਆਂ ਲਈ ਜੋਗ ਜ਼ਮੀਨ ਦੀ ਪ੍ਰਵਾਨਗੀ ਦਿੱਤੀ ਜਾਵੇ। ਬਾਦਸ਼ਾਹ ਨੇ ਕਿਹਾ ਮਨਜ਼ੂਰ ਹੈ ਤੇ ਇਸੇ ਸ਼ਰਤ ਤੇ ਤੇਰੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ। ਬੀਰਬਲ ਜਾਨ ਬਚਾ ਕੇ ਘਰ ਪੁੱਜਾ ਤੇ ਪਤਨੀ ਨਾਲ ਸਲਾਹ ਕਰਕੇ ਬਾਦਸ਼ਾਹ ਨੂੰ ਮੁੱਲਾ ਦੋ ਪਿਆਜਾ ਖਾਨ ਖਾਨਾ ਆਦੀ ਉਹਨਾਂ ਵਜ਼ੀਰਾ ਅਮੀਰਾ ਦੀ ਸੂਚੀ ਦਿੱਤੀ ਜਿਨ੍ਹਾਂ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਸ਼ੁਚੀ ਵਿੱਚ ਦਰਜ ਸੀ ਕਿ ਇਹਨਾਂ ਮਕਾਨਾਂ ਵਾਲੀ ਥਾਂ ਹੀਰੇ ਮੋਤੀਆਂ ਦੀ ਖੇਤੀ ਲਈ ਯੋਗ ਹੈ ਬਾਦਸ਼ਾਹ ਦੀ ਪ੍ਰਵਾਨਗੀ ਤੇ ਬੀਰਬਲ ਨੇ ਉਹਨਾਂ ਸਾਰੇ ਮਕਾਨਾਂ ਨੂੰ ਢਵਾ ਕੇ ਉਹਨਾਂ ਤੇ ਹੱਲ ਫੇਰਾ ਦਿੱਤਾ ਤੇ ਉਹਨਾਂ ਦੇ ਮਾਲਕਾਂ ਨੂੰ ਖੇਤਾਂ ਦੀਆਂ ਨੁਕਰਾਂ ਤੇ ਝੌਂਪੜੀਆਂ ਪਵਾ ਦਿੱਤੀਆਂ ਦੂਜੇ ਦਿਨ ਭਰੇ ਦਰਬਾਰ ਵਿੱਚ ਬੀਰਬਲ ਪੁੱਜਾ ਤੇ ਬੇਨਤੀ ਕੀਤੀ ਹਜ਼ੂਰ ਖੇਤੀ ਤਿਆਰ ਹੈ ਪਰ ਬੀਜ ਕਿਸੇ ਨੇਕ ਆਦਮੀ ਪਾਸੋਂ ਪਵਾਣਾ ਠੀਕ ਹੈ ਮੈਂ ਤਾਂ ਚੋਰ ਹੋਇਆ ਮੁੱਲਾ ਦੋ ਪਿਆਜਾ ਆਦ ਸਾਰੇ ਵਜ਼ੀਰ ਚੋਰ ਨਹੀਂ ਇਸ ਲਈ ਉਹਨਾਂ ਤੋਂ ਬੀਜ ਪਵਾਓ ਜੇ ਉਹ ਚੋਰ ਨਾ ਹੋਏ ਤਾਂ ਮੋਤੀ ਉੱਗ ਪੈਣਗੇ ਵਰਨਾ ਇਹ ਖੇਤੀ ਬੰਜਰ ਰਹੇਗੀ ਅਕਬਰ ਨੇ ਆਪਣੇ ਵਜ਼ੀਰਾਂ ਵੱਲ ਵੇਖਿਆ ਪਰ ਕੋਈ ਵੀ ਇਸ ਕੰਮ ਲਈ ਤਿਆਰ ਨਾ ਹੋਇਆ ਇਹ ਹਾਲ ਵੇਖ ਕੇ ਬੀਰਬਲ ਕਹਿਣ ਲੱਗਾ ਹਜ਼ੂਰ ਇਹ ਵੀ ਚੋਰ ਹੀ ਜਾਪਦੇ ਹਨ ਨਹੀਂ ਤਾਂ ਮੋਤੀ 비ਜਨ ਤੋਂ ਕਿਉਂ ਘਤਰਾਉਣਾ ਅਕਬਰ ਬਾਦਸ਼ਾਹ ਨੂੰ ਸਾਰੀ ਗੱਲ ਸਮਝ ਆ ਗਈ ਉਸਨੇ ਵਜ਼ੀਰਾਂ ਨੂੰ ਡਾਂਟ ਕੇ ਪੁੱਛਿਆ ਠੀਕ ਠੀਕ ਦੱਸੋ ਇਹ ਕੀ ਗੱਲ ਹੈ ਵਰਨਾ ਸਾਰਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ ਮੁੱਲਾ ਦੋ ਪਿਆਜਾ ਨੇ ਤਦ ਜਦ ਸਾਰੀ ਕਥਾ ਸੁਣਾਈ ਕਿ ਬੀਰਬਲ ਨੇ ਚੋਰੀ ਨਹੀਂ ਸੀ ਕੀਤੀ ਸਗੋਂ ਉਸਨੂੰ ਫਸਾਇਆ ਗਿਆ ਸੀ ਤਾਂ ਬੀਰਬਲ ਤੇ ਦੂਤਿਆਂ ਤੇ ਤਕੜੇ ਜੁਰਮਾਨੇ ਲਾਏ ਅਰ ਬੀਰਬਲ ਨੂੰ ਪਾਰੀ ਇਨਾਮ ਦਿੱਤਾ ਗਿਆ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ